भाई वधिया गल आ, करोना दे बहाने नाल खर्चे तो बच जाओगे, नाले इकट्ठ तो सत्त बंदे गया कुड़ी वाले ने, आपां तां फिर भी छे होवांगे। ओ लै मेरे यार, मैनू खर्चे दा कोई चक्कर नहीं सी, मैं तां पूरा टॉप दा विआह करना सी मेरे मुंडिया दा पिंड वाले नूं विच बुला के, नाले आ करोने ने ना मेरियां रिझां ही मार के रखतियां यार। ओ लै साला बणिया रिझां दा, जिहड़े पिंड वालिआं नूं बुलाउण नूं फिरदा ना, इहनां ने ओह भानी मारनी आ, फिर तेरे मुंडिया दा रिश्ता टुट्ट ही लै। ओ हां बई, ओ आ तां मैं सोचिआ ही नहीं सी यार। ਉਹ ਨਾਲੇ ਮੈਂ ਤਾਂ ਕਹਿੰਦਾ ਤੁਸੀਂ ਹੁਣ ਪਟਿਆਲੇ ਵਾਲੀ ਕੋਠੀ ਸ਼ਿਫਟ ਹੋ ਜਾਓ, ਜੇ ਇੱਥੇ ਪਿੰਡ ਵਾਲਿਆਂ ਨੂੰ ਵਿਆਹ ਦਾ ਪਤਾ ਲੱਗ ਗਿਆ ਨਾ ਕੰਮ ਖਰਾਬ ਹੋ ਜੂ। ਉਹ ਹਾਂ ਬਾਈ ਨਛੱਤਰ, ਗੱਲ ਤੇਰੀ ਸਹੀ ਆ, ਹੁਣ ਨਹੀਂ ਮੈਂ ਰਿਸਕ ਲੈਣਾ ਕੋਈ, ਮੈਂ ਅੱਜ ਹੀ ਕਰਦਾ ਫੋਨ ਕਿਰਾਏਦਾਰਾਂ ਨੂੰ ਉੱਥੇ ਵੀ ਕੋਠੀ ਖਾਲੀ ਕਰਨ, ਨਾਲੇ ਆ ਤਿੰਨਾਂ ਨੂੰ ਮੈਂ ਉੱਥੇ ਭੇਜ ਦੂੰ, ਮੈਂ ਆਪ ਇੱਥੇ ਰਹਿ ਜੂੰ, ਕੋਈ ਇੱਥੇ ਵੀ ਕੰਮ ਕਾਰ ਸਾਂਭਣਾ ਹੁੰਦਾ ਨਾ। ਆ ਨਾਲੇ ਹੁਣ ਦਊਗੀ ਪਟਿਆਲੇ ਵਾਲੀ ਕੋਠੀ ਕੰਮ, ਸਾਲੀ ਜਦੋਂ ਦੀ ਪਾਈ ਆ ਨਾ ਸਾਰੀ ਉਮਰ ਕਿਰਾਏਦਾਰ ਹੀ ਰਹੇ ਆ, ਹੁਣ ਕੰਮ ਆਊਗੀ ਆਪਣੇ। ਭਾਈ ਤੁਹਾਨੂੰ ਨਹੀਂ ਲੱਗਦਾ ਆਪਾਂ ਕੁੜੀਆਂ ਨਾਲ ਗਲਤ ਕਰ ਰਹੇ ਹਾਂ? ਉਹ ਨਹੀਂ ਬਾਈ ਜੀ, ਪੇ ਆਪਣੇ ਵੀ ਕੋਈ ਸੁਪਨੇ ਆ ਯਾਰ। ਨਾਲੇ ਡਰੋ ਨਾ, ਕੁਛ ਨਹੀਂ ਹੁੰਦਾ, ਇੱਕ ਵਾਰੀ ਕੋਸ਼ਿਸ਼ ਕਰਨ ਚ ਕੀ ਹਰਜਾ ਯਾਰ। ਉਹ ਨਾਲੇ ਰੱਬ ਦੀ ਮਰਜ਼ੀ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲਦਾ, ਇਸ ਚ ਵੀ ਰੱਬ ਦੀ ਓ ਮਰਜ਼ੀ ਆ। ਪਰ ਹਾਂ, ਆਪਾਂ ਇੱਕ ਵਾਅਦਾ ਕਰਦੇ ਹਾਂ ਇੱਕ ਦੂਜੇ ਨਾਲ। ਦੇਖੋ ਯਾਰ, ਵਿਆਹ ਤੋਂ ਬਾਅਦ ਉਹਨਾਂ ਨੂੰ ਇੱਕ ਨਾ ਇੱਕ ਦਿਨ ਪਤਾ ਤਾਂ ਲੱਗ ਹੀ ਜਾਣਾ ਆਪਣੇ ਬਾਰੇ, ਐ ਨਹੀਂ ਪਤਾ ਵਿਆਹ ਤੋਂ ਅਗਲੇ ਦਿਨੇ ਪਤਾ ਲੱਗ ਜੇ। ਪਰ ਜਦੋਂ ਤੱਕ ਉਹਨਾਂ ਨੂੰ ਆਪਣੇ ਬਾਰੇ ਪਤਾ ਨਹੀਂ ਨਾ ਲੱਗਦਾ, ਆਪਾਂ ਵਾਅਦਾ ਕਰਦੇ ਹਾਂ ਆਪਾਂ ਨੇ ਉਹਨਾਂ ਨੂੰ ਹੱਥ ਤੱਕ ਨਹੀਂ ਲਾਣਾ, ਇਹੋ ਜਿਹਾ ਕੋਈ ਕੰਮ ਨਹੀਂ ਕਰਨਾ ਜਿਹਦੇ ਨਾਲ ਕੱਲ ਨੂੰ ਆਪਾਂ ਉਹਨਾਂ ਨਾਲ ਨਜ਼ਰਾਂ ਵੀ ਨਾ ਮਿਲਾ ਸਕੀਏ। ਸਹੀ ਗੱਲ ਆ ਬਾਈ, ਫਿਰ ਵਾਅਦਾ ਕਰੋ। ਲੈ ਬਾਈ ਵਾਅਦਾ ਫਿਰ। ਉਹ ਸੱਚ ਮੈਂ ਤਾਂ ਸਟਾਕ ਸੱਚ ਚਲਾਈ ਹੋਈ ਹੈਗੀ ਜੀ। ਉਹ ਕਿਵੇਂ ਨਾ ਕਿੰਨੇ ਹੋ ਕੀ ਹਾਲ ਆ ਵੀਰੇ? ਤੂੰ ਨਾ ਸੜਿਆ ਕਦੇ ਸਿੱਧਾ ਮਲਾਈ। ਕੀ ਹਾਲ ਆ ਜੱਗੀ? ਸਾਲਿਓ ਮੈਨੂੰ ਪਤਾ ਤੁਸੀਂ ਤਾਂ ਬੁਲਾਣਾ ਨਹੀਂ ਸੀ, ਮੈਂ ਆਪੇ ਆ ਗਿਆ, ਮੈਨੂੰ ਕੁਝ ਪਤਾ ਲੱਗਿਆ। ਉਹ ਕੀ ਪਤਾ ਲੱਗਿਆ ਸਾਡੇ ਬਾਰੇ ਤੈਨੂੰ? ਉਹ ਤੁਹਾਡਾ ਵਿਆਹ ਧਰਿਆ ਹੋਇਆ ਤੁਸੀਂ ਤਾਂ ਦੱਸਿਆ ਨਹੀਂ, ਉਹ ਜਿੱਥੇ ਤੁਹਾਡਾ ਰਿਸ਼ਤਾ ਹੋਇਆ ਉਹ ਮੇਰੀ ਰਿਸ਼ਤੇਦਾਰੀ ਚ ਉਹਨਾਂ ਨੇ ਦੱਸਿਆ ਮੈਨੂੰ। ਉਹ ਵੀਰੇ ਤੈਨੂੰ ਪਤਾ ਤਾਂ ਹੈ ਸਾਡੀਆਂ ਕਮੀਆਂ ਬਾਰੇ, ਤਾਂ ਹੀ ਨਿਗਾਹ ਪਾ ਰਹੇ ਤੇ ਵੀਰੇ ਪਾਨੀ ਤੋਂ ਡਰਦੇ ਆ। ਅੱਛਾ, ਓਹਲਾ ਰੱਖਿਆ ਕੁੜੀ ਵਾਲਿਆਂ ਤੋਂ? ਉਹ ਵੈਸੇ ਸਾਲੇ ਤੁਸੀਂ ਕਰ ਤਾਂ ਗਲਤ ਹੀ ਰਹੇ ਹੋ, ਚੱਲ ਮੈਨੂੰ ਵੀ ਕੀ, ਤੁਹਾਡਾ ਘਰ ਵਸਦਾ ਹੋ ਜਾਊਗਾ। ਮੇਰਾ ਵੀਰ ਤੂੰ ਸਾਡਾ ਵੀ ਖਿਆਲ ਰੱਖੀ, ਕੋਈ ਲਾਂਬੇ ਵਾਲਾ ਕੰਮ ਨਾ ਕਰਦੀ ਮੇਰਾ ਵੀਰ। ਉਹ ਬੇਫਿਕਰ ਰਹੋ, ਤੁਸੀਂ ਡਰੋ ਨਾ, ਮੈਨੂੰ ਪਤਾ ਸਾਲਿਓ ਵਿਆਹ 'ਚ ਤਾਂ ਤੁਸੀਂ ਬੁਲਾਉਣਾ ਨਹੀਂ, ਵਿਆਹ ਤੋਂ ਬਾਅਦ ਤੁਹਾਡੇ ਘਰ ਆਊਂਗਾ, ਨਾਲੇ ਪਾਰਟੀ ਲੈ ਕੇ ਜਾਊਂਗਾ। ਚਲ ਚੰਗਾ, ਬੈਠੋ ਤੁਸੀਂ, ਮੈਂ ਚੱਲਦਾ। ਚੰਗਾ ਮੇਰਾ ਵੀਰ। ਆਪਣੀ ਜ਼ਿੰਮੇਵਾਰੀ ਹੈ ਘਰ ਨੂੰ ਸੰਭਾਲਣਾ। ਇਹ ਤਾਂ ਹੈ, ਆਪਣੀ ਤਾਂ ਸੱਸ ਵੀ ਨਹੀਂ ਹੈ ਜੋ ਆਪਾਂ ਨੂੰ ਕੁਛ ਦੱਸੂਗੀ, ਹੁਣ ਤਾਂ ਆਪਾਂ ਨੂੰ ਘਰ ਨੂੰ ਜੋੜ ਕੇ ਰੱਖਣਾ ਪੈਣਾ। ਹਾਂਜੀ ਦੀਦੀ, ਹੁਣ ਤਾਂ ਆਪਾਂ ਇਸ ਘਰ ਨੂੰ ਆਪਣਾ ਹੀ ਸਮਝਾਂਗੇ। ਆ ਸਮਝੂਗੀ ਇਸ ਘਰ ਨੂੰ ਆਪਣਾ? ਉਹ ਬਾਈ ਭਰਜਾਈ ਨੂੰ ਸਮਝਾ, ਇੰਨਾ ਵੀ ਨੀ ਆਪਣਾ ਸਮਝਣ ਦੀ ਲੋੜ ਹੈਗੀ ਘਰ ਨੂੰ। ਆਹ ਕੋਠੀ ਆਪਣੇ ਸਹੁਰੇ ਨੇ ਨੀ ਪਾ ਕੇ ਦਿੱਤੀ, ਬਾਪੂ ਦੀ ਸਾਲਾਂ ਦੀ ਮਿਹਨਤ ਆ। ਓ ਹਾਂ ਹਾਂ, ਤੇਰੇ ਵਾਲੀ ਨੂੰ ਵੀ ਸਮਝਾ ਕੇ ਆਉਂਦਾ, ਤੇ ਤੂੰ ਕਿਹੜਾ ਬੋਲਿਆ ਜਾਣਾ, ਇਹਨੂੰ ਦਿਖਦਾ ਨਹੀਂ ਹੈਗਾ ਤੂੰ ਤੋਂ ਨਹੀਂ ਉਹ ਸਮਝਾਈਆਂ ਜਾਣੀਆਂ, ਭਰਜਾਈਆਂ ਨੂੰ ਮਹੀ ਸਮਝਾ ਕੇ ਆਉਂਦਾ, ਤੁਸੀਂ ਇੱਥੇ ਖੜੋ ਮੈਂ ਆਇਆ। ਉਹ ਇੱਕ ਤਾਂ ਮੈਨੂੰ ਇਹਦੀ ਸਮਝ ਨਹੀਂ ਲੱਗਦੀ, ਪੁੱਤੰਦਰ ਦੀ ਜਮਾ ਨਹੀਂ ਸਾਫ ਬੋਲਦਾ। ਉਹ ਜੇ ਸਾਫ ਬੋਲਦਾ ਹੁੰਦਾ ਫਿਰ ਕਿਹੜਾ ਤੈਨੂੰ ਇਹਦੀ ਸਮਝ ਲੱਗ ਜਾਂਦੀ। ਉਹ ਨਾਲੇ ਆ ਗੱਲਾਂ ਤਾਂ ਛੱਡੋ, ਆਪਾਂ ਕਦੋਂ ਤੱਕ ਬਚਾਂਗੇ? ਮੈਨੂੰ ਲੱਗਦਾ ਆਪਣਾ ਇੱਕ ਅੱਧੇ ਦਿਨ 'ਚ ਪਟਾਕਾ ਪੈਣ ਵਾਲੀ ਆ। ਪਟਾਕਾ? ਓਏ ਉਹ ਦੀਪੇ ਆਪਣੇ ਦਿਮਾਗ ਨੂੰ ਸੂਤ ਰੱਖ, ਮੰਨਿਆ ਮੇਰੇ ਵਾਲੀ ਜ਼ਿਆਦਾ ਸੋਹਣੀ ਆ, ਪਰ ਆ ਪਟਾਕਾ ਪਟੂਕਾ ਕਹਿਣ ਦੀ ਕੋਈ ਲੋੜ ਨਹੀਂ, ਸਾਲਿਓ ਜੇਠ ਲਓ ਤੁਸੀਂ, ਸ਼ਰਮ ਕਰੋ ਮਾੜੀ ਮੋਟੀ। ਤੂੰ ਤਾਂ ਬੋਲੇ ਨਾ। ਚਾਹ ਦਾ ਟਾਈਮ ਹੋ ਗਿਆ, ਚਾਹ ਨਹੀਂ ਬਣਾਉਣੀ? ਓਏ ਹਾਂ ਸੱਚ,
ਆਪਾਂ ਤਾਂ ਫੋਟੋ ਸਟੀ ਹੋ ਜੀਏ ਚਲੋ ਦੀ ਅਸੀਂ ਜਾ ਕੇ ਚਾਹ ਬਣਾਉਣੀ ਚਾਹ ਅਜੀ ਸੁਣਦੇ ਹੋ ਤੁਸੀਂ ਉੱਥੇ ਕੀ ਕਰਦੇ ਹੋ ਖੜੇ ਆ ਕੇ ਚਾਹ ਪੀ ਲਓ ਚਾਹ ਬਣ ਰਹੀ ਹੈ ਨਾਲੇ ਵੀਰ ਜੀ ਹੋਰਾਂ ਨੂੰ ਵੀ ਲੈ ਆਇਓ ਤੈਨੂੰ ਚਲ ਕੀ ਸਮਝਾਈਏ ਯਾਰ ਛੱਡ ਪਰੇ ਉਹ ਨਾਲੇ ਉਹ ਹੇਠਾਂ ਬੁਲਾ ਰਹੀਆਂ ਨੇ ਕਦੀ ਡਰਾਇੰਗ ਰੂਮ ਜਾ ਕੇ ਚਾਹ ਪੀ ਲਓ ਚਾਹ ਪੀ ਲਓ ਆ ਜਾਓ ਚਾਹ ਪੀਂਦੇ ਆ ਓਏ ਮੇਰੇ ਸਾਲੇ ਦੇ ਆਪ ਹੇਠਾਂ ਵਾਗੇ ਮਲੂਰੀ ਪਸਾ ਗਏ ਓਏ ਹੇਠਾਂ ਜਾਣ ਤੋਂ ਤਾਂ ਰਿਹਾ ਮੈਂ ਤਾਂ ਉੱਪਰੇ ਬੈਠਾ ਨਾ ਨਹੀਂ ਮੇਰਾ ਤਾਂ ਪਟਾਕਾ ਜੇ ਪੂਗਾ चाह पी लो नाले दूजे वीर जी नहीं आए हाँ हाँ खीर ता शाम नू बना लियो जी शाम नू चंगी लग रही है खीर ता अपना तो देवर भी बड़ा मजाक किया मजाक भी करा लग गया अपने नाल हाँ दीपा ता उपरे रहंदा जी शुरू तो उपरले फ्लोर ते पबी तू उपरे ले जा चा ओ बिरा ता उपरे पीऊगा चा ठीक है फिर मैं उपरी देवांगी चाह उन्हां नू हेलो हाँ दीपे तैयार हो जा भरजाई लंज पा आ रही है तेरे ओ मेरा मतलब चाह लेके आ रही है सांभ ली हूं गल नू हाँ ओ तुसी कदों खड़ी हो तुसी भी चाह ले आओ आपां चाह पीने बह के जाओ जाओ ओ दिना चार दम रख डफली हुन तुसी हेठ नहीं आए ओ ऐसी कोई गल नहीं मैं दा तोरा बेरा कट्टे करके राजी हां हां जी ओ मेरा मतलब मेरा हेठा जी जा नहीं लगदा अच्छा चलो कोई गल नहीं मैं तोडे लिए इत्थे चाह ले आलो चाह पी लो चाह तां मैं पीनी नहीं हां जी ਕੀ ਗੱਲ ਤੁਹਾਨੂੰ ਮੇਰੇ ਹੱਥ ਦੀ ਚਾਹ ਵਧੀਆ ਨਹੀਂ ਲੱਗਦੀ ਉਹ ਹੁਣ ਤੈਨੂੰ ਕੀ ਕਹਾਂ ਚੱਲ ਆ ਬੜਾ ਪੀ ਲੈਨੇ ਆ ਆ ਲਓ ਜੀ ਅਜੀ ਆ ਕੀ ਕਰੀ ਜਾਂਦੇ ਹੋ ਉਹ ਮੈਂ ਕੀ ਕਰ ਰਿਹਾ ਚਾਹ ਤਾਂ ਤੂੰ ਨਹੀਂ ਬਣਾ ਰਹੀ ਜੇ ਚਾਹ ਨਹੀਂ ਬਣਾਉਣੀ ਸੀ ਤਾਂ ਲੈ ਕੇ ਕਿਉਂ ਆਈ ਇਹਨੂੰ ਹੇਠੇ ਰੱਖ ਠੀਕ ਹੈ ਜੀ ਆ ਲਓ ਹੇਠਾਂ ਰੱਖਤੀ ਉਹ ਰੱਬਾ ਕਿਹੜੇ ਜਨਮਾਂ ਦਾ ਬਦਲਾ ਲੈ ਰਿਹਾ ਇਹਦੇ ਨਾਲੋਂ ਤਾਂ ਅੱਖ 'ਚ ਟੀਰੇ ਪਾ ਆਂਦਾ ਘੱਟੋ ਘੱਟ ਚਾਹ ਚੂ ਚੱਕੇ ਦਾ ਪੀ ਲੈਂਦੇ ਹਾਂਜੀ ਕੁਛ ਕਿਹਾ ਤੁਸੀਂ ਉਹ ਮੈਂ ਕਿੱਥੇ ਕੁਛ ਕਹਿਣ ਜੋਗਾ ਹਾਂ ਚਾਹ ਪੀ ਲਓ ਠੰਡੀ ਹੋ ਰਹੀ ਆ ਕੋਈ ਗੱਲ ਨਹੀਂ ਮੈਂ ਆਪੇ ਚਾਹ ਪੀ ਲੂੰਗਾ ਤੂੰ ਹੇਠਾਂ ਜਾ ਕੇ ਕੋਈ ਕੰਮ ਕਾਰ ਕਰ ਲਾ ਕਿੱਥੇ ਮੇਰੀਆਂ ਜੜਾਂ 'ਚ ਬਹਿ ਗਈ ਬੰਦਾ ਚੱਜ ਗੱਲ ਖਾ ਪੀ ਵੀ ਨਹੀਂ ਸਕਦਾ ਤੁਸੀਂ ਤਾਂ ਬਾਹਲੇ ਹੀ ਸ਼ਰਮਾਉਂਦੇ ਹੋ ਜੀ ਚਲੋ ਠੀਕ ਹੈ ਚਾਹ ਇੱਥੇ ਪਈ ਆ ਮੈਂ ਹੇਠਾਂ ਜਾਂਦੀ ਆ ਮੈਨੂੰ ਲੱਗਾ ਚਲੀ ਗਈ ਹੋਣਾ ਮੌਕਾ ਚਾਹ ਚੱਕ ਕੇ ਪੀਣ ਦਾ ਮੈਨੂੰ ਲੱਗਦਾ ਚਾਹ ਡੁੱਬ ਗਈ ਓਏ ਬਹਿ ਜਾਓ ਬੇੜਾ ਤੇਰਾ ਮੈਂ ਵੀ ਕੁਛ ਕਰਨ ਜੋਗਾ ਨਹੀਂ ਜਿਹੋ ਜਿਹਾ ਜੱਗ ਤੇ ਆਇਆ ਜਿਹੋ ਜਿਹਾ ਨਹੀਂ ਆਇਆ ਹੁਣ ਕਿੱਥੇ ਪੋਚਾ ਲਾਉਂਦਾ ਵੀਰੂ ਮੈਂ ਤਾਂ ਬੈਠੀ ਜਾਂਦਾ ਮੈਨੂੰ ਤਾਂ ਲੱਗਦਾ ਇਹਨਾਂ ਨੂੰ ਕੁਛ ਦਿਖਦਾ ਹੀ ਨਹੀਂ ਇਹ ਤਾਂ ਅੰਨੇ ਨੇ ਨਹੀਂ ਪਹਿਲਾਂ ਕਲੀਅਰ ਕਰਕੇ ਦੇਖਦੇ ਹਾਂ ਅਜੀ ਸੁਣਦੇ ਹੋ ਤੂੰ ਹਜੇ ਇੱਥੇ ਫਿਰਦੀ ਆ ਗਈ ਨਹੀਂ ਮੈਂ ਹੁਣੀ ਆਈ ਆ ਜੀ ਆ ਗਈ ਬੜੀ ਜਿੱਦੀ ਆਈ ਨਾਲੇ ਅੱਜ ਤੂੰ ਸੋਹਣੀ ਬਹੁਤ ਲੱਗ ਰਹੀ ਆ ਹਾਂਜੀ ਅੱਛਾ ਮੇਰੇ ਸੂਟ ਕਿਦਾਂ ਦਾ ਲੱਗ ਰਿਹਾ ਲਾਲ ਸੂਟ ਤੇ ਤੂੰ ਬਹੁਤ ਸੋਹਣੀ ਲੱਗ ਰਹੀ ਆ ਲਾਲ ਪਰ ਮੇਰੇ ਤਾਂ ਜੀ ਨੀਲਾ ਪਾਇਆ ਹੋਇਆ ਨੀਲਾ ਹੋ ਮੇਰਾ ਮਤਲਬ ਲਾਲ ਸੂਟ ਵੀ ਤੂੰ ਕਦੇ ਕਦੇ ਪਾਇਆ ਕਰ ਤੇਰੇ ਲਾਲ ਸੂਟ ਵੀ ਸੋਹਣਾ ਲੱਗੂਗਾ ਨਾਲੇ ਆ ਨੀਲੇ ਸੂਟ ਤੇ ਕੀ ਕਹਣੇ ਨੀਲੇ ਸੂਟ ਚ ਤਾਂ ਤੂੰ ਨੀਲ ਮਰੀ ਲੱਗ ਰਹੀ ਆ ਜੱਟ Ha ha ha!
भाभी ने नीला सूट नहीं पाया हुआ सी, हरे रंग का सूट पाया हुआ सी, नाले वो हसदी नहीं गई, वो रोंदी गई आ। तेरा ता हो लिया कम, तलाक होया ले हुण ता तेरा। हाय रब्बा ओए, आ की हो गया मैं तो, मसा मसा दा ब्याह होया दी ओए। मां ओ अजी सुन दियो, आ मेरी गल सुन ले जरा। हां कुदी ते आजा देखिए यार की हो गया। ਪਹਿਲਾਂ ਮੈਨੂੰ ਇੱਕ ਗੱਲ ਦੱਸਿਓ, ਦੀਪੇ ਨੂੰ ਅੱਖਾਂ ਤੋਂ ਸੱਚੀ ਕੁਝ ਨਹੀਂ ਦਿਸਦਾ, ਸਿੰਮੀ ਕਹਿੰਦੀ ਹੈ ਕਿ ਉਹ ਅੰਨੇ ਹੈ। ਕੀ ਸੱਚ ਹੈ ਗੱਲ? ਤੁਸੀਂ ਚੁੱਪ ਕਿਉਂ ਕਰ ਗਏ? ਨਾਲੇ ਜਦੋਂ ਦੇ ਆਪਾਂ ਮਿਲਿਆ ਮੈਂ ਤੁਹਾਨੂੰ ਕਦੇ ਵੀ ਬੋਲਦੇ ਨਹੀਂ ਸੁਣਿਆ। ਤੁਸੀਂ ਕੁਝ ਤਾਂ ਬੋਲੋ, ਇਹ ਜੋ ਮਜ਼ਾਕ ਨਾ ਕਰੋ ਮੇਰੇ ਨਾਲ, ਕੁਝ ਤਾਂ ਬੋਲੋ, ਮੇਰੇ ਤਾਂ ਹੋਲ ਹੀ ਪਈ ਜਾਂਦੇ ਨੇ। ਕੁਝ ਤਾਂ ਬੋਲ ਕੇ ਦਿਖਾਓ, ਚਲੋ ਮੇਰੇ ਲਈ ਕੋਈ ਗਾਣਾ ਹੀ ਸੁਣਾ ਦਿਓ, ਕੁਝ ਤਾਂ ਬੋਲੋ ਤੁਸੀਂ। ਮੈਨੂੰ ਭੁੱਖ ਲੱਗ ਰਹੀ ਆ, ਇਹਨੂੰ ਰੋਟੀ ਨੀ ਖਵਾਈ ਤੁਸੀਂ ਯਾਰ, ਹੱਦ ਕਰਤੀ। ਭਾਬੀ ਰੋਟੀ ਲੈ ਕੇ ਦੋ। ਸ਼ਰਮ ਆਣੀ ਚਾਹੀਦੀ ਹੈ ਤੁਹਾਨੂੰ ਸਾਰਿਆਂ ਨੂੰ। ਸ਼ਰਮ ਨਹੀਂ ਆਈ ਸਭ ਕੁਛ ਕਰਦੇ ਹੋਏ? ਉਹਨਾਂ ਨੂੰ ਕਿਸਨੇ ਹੱਕ ਦਿੱਤਾ ਇਹਨਾਂ ਦੀ ਜ਼ਿੰਦਗੀ ਖਰਾਬ?
ਤੇ ਜੱਗੀ ਨੂੰ ਸੁਣਦਾ ਨਹੀਂ। ਅਸੀਂ ਤਿੰਨਾਂ ਨੇ ਧੋਖਾ ਕੀਤਾ ਤੁਹਾਡੇ ਨਾਲ। ਮੈਨੂੰ ਨਹੀਂ ਪਤਾ ਸਾਨੂੰ ਕੀ ਸਜ਼ਾ ਮਿਲਣੀ ਚਾਹੀਦੀ ਆ, ਪਰ ਜੋ ਵੀ ਸਜ਼ਾ ਮਿਲੂ ਅਸੀਂ ਸਜ਼ਾ ਦੇ ਹੱਕਦਾਰ ਹਾਂ, ਕਿਉਂਕਿ ਅਸੀਂ ਕੰਮ ਹੀ ਇਹੋ ਜਿਹਾ ਕੀਤਾ। ਪ੍ਰੀਤ, ਮੰਨਿਆ ਸੀ ਗਲਤਾਂ, ਪਰ ਤੂੰ ਆਪਣੇ ਆਪ ਨੂੰ ਸਾਡੀ ਜਗ੍ਹਾ ਰੱਖ ਕੇ ਤਾਂ ਦੇਖ। ਸਾਡੀਆਂ ਕੋਈ ਰੀਝਾਂ ਨਹੀਂ ਜਾਂ ਸਾਡੇ ਕੋਈ ਸੁਪਨੇ ਨਹੀਂ ਹੈਗੇ। ਸਾਡਾ ਨਹੀਂ ਦਿਲ ਕਰਦਾ ਯਾਰ ਵਿਆਹ ਕਰਾਉਣ ਨੂੰ। ਅਸੀਂ ਗਲਤ ਜ਼ਰੂਰ ਹਾਂ, ਪਰ ਅਸੀਂ ਇਹੋ ਜਿਹਾ ਕੋਈ ਕੰਮ ਨਹੀਂ ਕਰਿਆ ਜਿਹਦੇ ਨਾਲ ਅਸੀਂ ਤੁਹਾਡੀਆਂ ਨਜ਼ਰਾਂ 'ਚ ਗਿਰ ਜਾਈਏ। ਅਸੀਂ ਇਹੋ ਜਿਹਾ ਕੋਈ ਕਦਮ ਨਹੀਂ ਚੱਕਿਆ ਜਿਸ ਨਾਲ ਸਾਨੂੰ ਤੁਹਾਡੇ ਅੱਗੇ ਸ਼ਰਮਿੰਦਾ ਹੋਣਾ ਪਵੇ। ਸਗੋਂ ਅਸੀਂ ਤਾਂ ਸੋਚਦੇ ਸੀ। ਦੇਖੋ ਯਾਰ, ਵਿਆਹ ਤੋਂ ਬਾਅਦ ਉਹਨਾਂ ਨੂੰ ਇੱਕ ਨਾ ਇੱਕ ਦਿਨ ਪਤਾ ਤਾਂ ਲੱਗ ਗਿਆ ਜਾਣਾ ਆਪਣੇ ਬਾਰੇ। ਐ ਨਹੀਂ ਪਤਾ ਵਿਆਹ ਤੋਂ ਅਗਲੇ ਦਿਨ ਪਤਾ ਲੱਗ ਜੀ, ਪਰ ਜਦੋਂ ਤੱਕ ਉਹਨਾਂ ਨੂੰ ਆਪਣੇ ਬਾਰੇ ਪਤਾ ਨਹੀਂ ਨਾ ਲੱਗਦਾ, ਆਪਾਂ ਵਾਅਦਾ ਕਰਦੇ ਹਾਂ ਆਪਾਂ ਨੇ ਉਹਨਾਂ ਨੂੰ ਹੱਥ ਤੱਕ ਨਹੀਂ ਲਾਣਾ। ਇਹੋ ਜਿਹਾ ਕੋਈ ਕੰਮ ਨਹੀਂ ਕਰਨਾ ਜਿਹਦੇ ਨਾਲ ਕੱਲ ਨੂੰ ਆਪਾਂ ਉਹਨਾਂ ਨਾਲ ਨਜ਼ਰਾਂ ਵੀ ਨਾ ਮਿਲਾ ਸਕੀਏ। ਸਹੀ ਗੱਲ ਆ ਬਾਈ, ਫਿਰ ਵਾਅਦਾ ਕਰੋ। ਅਸੀਂ ਹੱਥ ਜੋੜ ਕੇ ਮਾਫ਼ੀ ਮੰਗਦੇ ਹਾਂ ਤੁਹਾਤੋਂ। ਬਾਕੀ ਹੁਣ ਜਿਵੇਂ ਤੁਹਾਨੂੰ ਠੀਕ ਲੱਗੇ ਉਵੇਂ ਕਰ ਸਕਦੇ ਹੋ ਤੁਸੀਂ। ਪਰ ਜੋ ਵੀ ਹੈ, ਧੋਖਾ ਤਾਂ ਹੋਇਆ ਨਾ ਸਾਡੇ ਨਾਲ। ਵਾਹ ਜੀ ਵਾਹ, ਆਹ ਸਹੀ ਕਰਿਆ ਤੁਸੀਂ, ਸਹੀ ਕਰਿਆ ਤੁਸੀਂ। ਇਹਨਾਂ ਨੂੰ ਛੱਡ ਕੇ ਜਾ ਰਹੇ ਹੋ, ਉਹ ਇਹਨਾਂ ਨੂੰ ਕੋਈ ਹੱਕ ਥੋੜ੍ਹੀ ਆਪਣੇ ਸੁਪਨੇ ਪੂਰੇ ਕਰਨ ਦਾ। ਉਹ ਨਾਲੇ ਅੰਨਿਆਂ ਦੇ ਵੀ ਕਦੇ ਵਿਆਹ ਹੋਏ ਨੇ, ਕੀ ਗਲਤੀ ਹੈ ਇਹਨਾਂ ਦੀ? ਇਹਨਾਂ ਨੇ ਤੁਹਾਨੂੰ ਸੱਚ ਨਹੀਂ ਦੱਸਿਆ? ਜੇ ਤੁਹਾਨੂੰ ਸੱਚ ਦੱਸ ਵੀ ਦਿੰਦੇ ਫਿਰ ਕਿਹੜਾ ਤੁਸੀਂ ਇਹਨਾਂ ਨਾਲ ਵਿਆਹ ਕਰਾ ਲੈਣਾ ਸੀ? ਉਹ ਇੰਨੀ ਜ਼ਮੀਨ ਹੋਣ ਦੇ ਬਾਵਜੂਦ ਤੁਹਾਡੇ ਬਾਪ ਤੋਂ ਇੱਕ ਰੁਪਇਆ ਦਾਜ ਦਾ ਨਹੀਂ ਲਿਆ। ਉਹ ਨਾਲੇ ਮੈਨੂੰ ਪਤਾ ਆਹ ਵਿਚਾਰਿਆਂ ਨੇ ਤੁਹਾਨੂੰ ਹੱਥ ਤੱਕ ਨਹੀਂ ਲਾਇਆ ਹੋਣਾ। ਜੇ ਤੁਹਾਨੂੰ ਕੋਈ ਨਸ਼ੇਰੀ ਟੱਕਰ ਜਾਂਦੇ ਫਿਰ ਤੁਸੀਂ ਚੰਗੇ ਰਹਿਣਾ ਸੀ? ਉਹ ਸ਼ਰਮ ਕਰੋ, ਸ਼ਰਮ। ਸਹੀ ਗੱਲ ਹੈ, ਆਪਾਂ ਕਿ ਆਪਣਾ ਘਰ ਛੱਡ ਕੇ ਜਾ ਰਹੇ ਹਾਂ? ਇਹ ਦਿਲ ਦੇ ਮਾਰੇ ਨਹੀਂ, ਆਪਣਾ ਬਹੁਤ ਖਿਆਲ ਰੱਖਦੇ ਨੇ। ਮੈਨੂੰ ਜੇ ਆਪਾਂ ਇਹਨਾਂ ਨੂੰ ਛੱਡ ਕੇ ਗਏ ਤਾਂ ਰੱਬ ਨੇ ਆਪਾਂ ਨੂੰ ਕਦੇ ਮਾਫ਼ ਨਹੀਂ ਕਰਨਾ। ਦੀ ਮੈਂ ਨਹੀਂ ਇਸ ਘਰ ਨੂੰ ਛੱਡ ਕੇ ਜਾਣਾ, ਮੇਰਾ ਨਹੀਂ ਜ਼ਮੀਰ ਮੰਨਦਾ। ਤੂੰ ਠੀਕ ਕਹਿ ਰਹੀ ਹੈ ਪ੍ਰੀਤ, ਸਭ ਕੁਛ ਠੀਕ ਹੈ। ਨਾਲੇ ਜੋ ਹੋਏ ਰੱਬ ਦੀ ਮਰਜ਼ੀ ਨਾਲ ਹੋਏ। ਨਾਲੇ ਆਪਾਂ ਕੌਣ ਹੁੰਦੇ ਹਾਂ ਉਹਦੀ ਕਰਨੀ ਨੂੰ ਬਦਲਣ ਵਾਲੇ? ਮੈਂ ਵੀ ਨਹੀਂ ਜਾ ਸਕਦੀ ਇਸ ਘਰ ਨੂੰ ਛੱਡ ਕੇ। ਜੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਤਾਂ ਫਿਰ ਮੈਨੂੰ ਕਿਵੇਂ ਹੋ ਸਕਦੀ ਹੈ? ਬਹੁਤ ਵੱਡੀ ਬੇਵਕੂਫੀ ਕਰਨ ਜਾ ਰਹੇ ਸੀ। ਮਾਫ਼ ਕਰ ਦੇ ਸਾਨੂੰ। ਉਹ ਸਿੰਮੀ ਭਾਬੀ, ਮੱਝ ਅੱਗੇ ਬੀਨ ਵਜਾਣ ਦਾ ਕੋਈ ਫਾਇਦਾ ਨਹੀਂ। ਮਤਲਬ ਇਹਨੂੰ ਕਿਹੜਾ ਦੇਖਦਾ? ਇਹਨੂੰ ਤਾਂ ਬੋਲ ਕੇ ਮਾਫ਼ੀ ਮੰਗੋ ਜੀ।
ਚਲੋ ਜੀ ਤੁਸੀਂ ਅਸੀਂ ਸਮਾਨ ਲੈ ਕੇ ਆਉਂਦੇ ਹਾਂ ਲੈ ਭਾਜੀ ਤੇਰਾ ਸਮਾਨ ਮੈਂ ਪੜਦਾ ਲੈ ਜਾਂਦਾ ਅੰਦਰ ਕਿੱਟੂ ਵੀਰੇ ਧੰਨਵਾਦ ਤੇਰਾ ਤੇਰੇ ਕਰਕੇ ਸਾਡਾ ਘਰ ਟੁੱਟਣ ਤੋਂ ਬਚ ਗਿਆ ਉਹ ਕੋਈ ਨੀ ਧੰਨਵਾਦ ਵਾਲੀ ਕਿਹੜੀ ਗੱਲ ਚੱਲ ਆ ਜਾ ਹਾਂ ਚਾਹ ਪਲਾਨਾ ਨਾ ਨਾ ਬਸ ਨਾ ਨਾ ਆ ਜਾ ਮੈਂ ਚਾਹ ਪਲਾਨਾ ਜਾ ਉਹ ਨਾਰਾ ਥਾਰਾ ਵਾਲੀਆਂ ਤਾਂ ਬਹੁਤ ਪਿੱਛੇ ਆ ਆਉਣੇ ਗੱਭਰੂ ਪਤਾ ਨੀ ਕੀ ਦੇ ਹਿੱਸੇ ਆ ਮਰ ਜਾਣ ਨਾਸ਼ ਦੇਣਾ ਲੜ ਲੜ ਕੇ ਆਹ ਮੁੰਡੇ ਕਿਹੜੇ ਪਿੰਡ ਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਲੱਗੀ ਤੁਹਾਨੂੰ ਇਹ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੱਧ ਤੋਂ ਵੱਧ ਲਾਈਕ ਕਰਿਓ ਇਸ ਵੀਡੀਓ ਨੂੰ ਅਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੇ ਫਰੈਂਡਸ ਨਾਲ ਫੈਮਿਲੀ ਨਾਲ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਨੂੰ ਲਾਲ ਬਟਨ ਨੂੰ ਪ੍ਰੈਸ ਕਰਕੇ ਅਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਅਤੇ ਨੈਕਸਟ ਵੀਕ ਵੀ ਵੀਡੀਓ ਬੜੀ ਘੈਂਟ ਆ ਰਹੀ ਹੈ ਇੱਦਾਂ ਹੀ ਪਿਆਰ ਬਣਾਈ ਰੱਖੋ ਬਹੁਤ ਘੈਂਟ ਘੈਂਟ ਵੀਡੀਓਜ਼ ਆਉਣੀਆਂ ਨੇ ਅੱਗੇ ਓਕੇ ਜੀ ਸਤਿ ਸ਼੍ਰੀ ਅਕਾਲ ਪਿਆਰ ਦਿਓ ਆਪਣਾ ਹੁਣ ਵੀਡੀਓ ਨੂੰ